नेक्स्ट पंजाब जी के अगली जड़ी वीडियो हैगी है साडी अगले जड़े गुरु साहिबान ने वो है के ने श्री गुरु अमरदास। ठीक है हुण अगली वीडियो दे विच आपां जिहड़े आ हुण अगले गुरु साहिब लै के आए हां हुण इन्हां दे जीवन बारे जिहड़ी जानकारी है वो हासिल करांगे। सीरियल वाइज चलदे पए आ। ठीक है तीसरे गुरु साहिबान ने स्टार्ट करदे आ इहदी वीडियो। सब तो पहला गुरु अमरदास जी जो हन तीसरे गुरु साहिब वह गुरु गद्दी ते बैठे वदों सन। ठीक है क्योंकि देखो एज जिहड़ी हैगी है गुरु अमरदास जी की बहुत ज्यादा सी जदों गुरु गद्दी ते बैठे सीगे ते इस करके पहला जिहड़ा गल हैगी उह ते इह बणेगी कि गुरु अमरदास जी जिहड़े सी किन्नी एज दे विच गुरता गद्दी जिहड़ी सी उन्होंने लई सी अते किस ईयर दे विच बैठे सी ते 1552 विच गुरु अंगद देव जी जदों ज्योति जोत समाए सी उस तों बाद उन्हां दे ਜਿਹੜੇ ਗੱਦੀ ਦੇ ਵਾਰਿਸ ਸਨ ਉਹ ਗੁਰੂ ਅਮਰਦਾਸ ਜੀ ਨੂੰ ਸੌਂਪ ਕੇ ਗਏ ਸਨ। ਗੁਰੂ ਅਮਰਦਾਸ ਜੀ ਜਿਹੜੇ ਸੀ ਉਹਨਾਂ ਦੇ ਗੱਦੀ ਦੇ ਵਾਰਿਸ ਬਣ ਗਏ ਸੀ। 73 ਸਾਲ ਦੀ ਉਮਰ ਵਿੱਚ ਜਿਹੜੇ ਗੁਰੂ ਸਾਹਿਬ ਨੇ ਇਹਨਾਂ ਨੇ ਗੁਰਤਾ ਗੱਦੀ ਜਿਹੜੀ ਸੀ ਉਹ ਪ੍ਰਾਪਤ ਕੀਤੀ ਤੇ ਗੁਰੂ ਸਾਹਿਬ ਜਿਹੜੇ ਸੀ ਬਣੇ ਸੀ। ਠੀਕ ਹੈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਉਹਨਾਂ ਨੂੰ। ਠੀਕ ਹੈ ਭਾਵੇਂ ਇੱਕ ਬੇਸ ਜਿਹੜਾ ਸੀ ਉਹ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੁਆਰਾ ਬਣਾ ਦਿੱਤਾ ਗਿਆ ਸੀ ਪਰ ਫਿਰ ਵੀ ਇਸ ਦੇ ਬਾਵਜੂਦ ਕਿਉਂਕਿ ਬਹੁਤ ਜ਼ਿਆਦਾ ਏਜ ਸੀ ਦੂਸਰਾ ਕਿਉਂਕਿ ਉਸ ਸਮੇਂ ਉਦਾਸੀ ਪੰਥ ਵੀ ਚੱਲ ਰਿਹਾ ਸੀ ਤੇ ਹੋਰ ਵੀ ਬਹੁਤ ਸਾਰੇ ਲੋਕਾਂ ਵੱਲੋਂ ਉਹਨਾਂ ਦਾ ਜਿਹੜਾ ਹੈਗਾ ਆ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਸੀਗਾ। ਠੀਕ ਹੈ ਕਿਉਂਕਿ ਕਈ ਲੋਕ ਜਿਹੜੇ ਸੀ ਗੁਰੂ ਘਰ ਦੇ ਵਿਰੋਧੀ ਸਨ ਤੇ ਕ੍ਰਿਟੀਸਾਈਜ਼ ਦੇ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਉਹਨਾਂ ਨੇ ਸਥਾਪਿਤ ਕੀਤੀ ਸੀ ਗੁਰੂ ਅਮਰਦਾਸ ਜੀ ਨੇ। ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਕੰਮ ਗੁਰੂ ਅਮਰਦਾਸ ਜੀ ਜੋ ਹਨ ਉਹਨਾਂ ਨੇ ਬੋਲੀ ਦਾ ਨਿਰਮਾਣ ਜਿਹੜਾ ਹੈਗਾ ਆ ਉਹ ਕਦੋਂ ਕਰਵਾਇਆ। ਠੀਕ ਹੈ ਗੁਰੂ ਅੰਗਦ ਦੇਵ ਜੀ ਜੋ ਸਨ ਉਹਨਾਂ ਨੇ ਗੋਇੰਦਵਾਲ ਸਾਹਿਬ ਵਿੱਚ ਇੱਕ ਬੋਲੀ ਦੀ ਨੀਂਹ ਰੱਖੀ ਸੀ। ਇੱਕ ਦੂਸਰੇ ਪਾਤਸ਼ਾਹ ਜੀ ਨੇ ਇਹ ਕੰਮ ਜਿਹੜਾ ਸੀਗਾ ਸ਼ੁਰੂ ਕੀਤਾ। ਠੀਕ ਹੈ ਤਾਂ ਜਿਹੜੇ ਗੁਰੂ ਅਮਰਦਾਸ ਜੀ ਸਨ ਉਹਨਾਂ ਨੇ ਜਿਹੜਾ ਕੰਮ ਸੀਗਾ ਇਹਨੂੰ ਪੂਰਾ ਕੀਤਾ। ਮਤਲਬ ਕਿ ਜਿਹੜੇ ਤੀਜੇ ਗੁਰੂ ਸਾਹਿਬਾਨ ਨੇ ਉਹਨਾਂ ਨੇ ਦੂਜੇ ਗੁਰੂ ਸਾਹਿਬਾਨਾਂ ਦੇ ਵਾਲਾ ਜਿਹੜੇ ਕੀਤੇ ਗਏ ਕੰਮ ਸੀ ਉਹਨਾਂ ਨੂੰ ਵੀ ਸੰਪੂਰਨ ਕੀਤਾ ਸੀ ਉਹਨਾਂ ਨੂੰ ਨੇਪਰੇ ਚਾਵੇ। ਠੀਕ ਹੈ ਤੇ ਇੱਕ ਰੀਤ ਹੈਗੀ ਹੈ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਕੀਤੇ ਕੰਮ ਜਿਹੜੇ ਨੇ ਉਹ ਗੁਰੂ ਅੰਗਦ ਦੇਵ ਜੀ ਨੇ ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਦੇ ਜਿਹੜੇ ਕੰਮ ਰਹਿ ਗਏ ਸੀਗੇ ਉਹ ਗੁਰੂ ਅਮਰਦਾਸ ਜੀ ਨੇ ਪੂਰੇ ਕੀਤੇ। ਹੁਣ ਜਿਹੜੀ ਬੋਲੀ ਬਣਾਈ ਗਈ ਹੈਗੀ ਹੈ ਗੋਇੰਦਵਾਲ ਸਾਹਿਬ ਵਿੱਚ ਇਹ ਬੋਲੀ 84 ਪੌੜੀਆਂ ਜਿਹੜੀਆਂ ਹਨ ਉਹਨਾਂ ਦੇ ਨਾਲ ਤਿਆਰ ਕੀਤੀ ਗਈ ਹੈ 84 ਪੌੜੀਆਂ ਦੇ ਨਾਲ ਅਤੇ ਇੱਥੇ ਵਚਨ ਦਿੱਤਾ ਗਿਆ ਹੈ ਕਿ ਜੇਕਰ ਹਰ ਇੱਕ ਪੌੜੀ ਦੇ ਉੱਤੇ ਕੋਈ ਵੀ ਸਿੱਖ ਸੱਚੇ ਮਨ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਅਤੇ ਫਿਰ ਇਸ਼ਨਾਨ ਕਰਦਾ ਹੈ ਤਾਂ ਉਸਦੀ 84 ਜਿਹੜੀ ਹੈ ਉਹ ਕੱਟੀ ਜਾਵੇਗੀ। 84 ਮਤਲਬ ਜਿਹੜੀ 84 ਲੱਖ ਜੂਨ ਹੈਗੀ ਹੈ ਉਹ ਕੱਟੀ ਜਾਵੇ। ਠੀਕ ਹੈ ਉਸ ਤੋਂ ਇਲਾਵਾ ਇੱਕ ਸਿੱਖਾਂ ਨੂੰ ਸੁਤੰਤਰ ਤੀਰਥ ਸਥਾਨ ਜਿਹੜਾ ਹੈਗਾ ਉਹ ਪ੍ਰਾਪਤ ਹੋ ਗਿਆ ਸੀਗਾ। ਇਸ ਤੋਂ ਪਹਿਲਾਂ ਜਿਹੜੇ ਸਰੋਵਰ ਨੇ ਉਹ ਨਹੀਂ ਸੀ ਹੁਣ ਇੱਥੇ ਸਰੋਵਰ ਜਿਹੜਾ ਹੈਗਾ ਉਹ ਬਣਾ ਦਿੱਤਾ ਗਿਆ ਸੀਗਾ ਜਿਹੜਾ ਬੋਲੀ ਵਿੱਚ ਇੱਕ ਸਰੋਵਰ ਬਣੇ ਜਿੱਥੇ ਇਸ਼ਨਾਨ ਕੀਤਾ ਜਾਂਦਾ ਹੈ। ਉਸ ਤੋਂ ਇਲਾਵਾ ਪੀਣ ਲਈ ਸਾਫ਼ ਸੁਥਰਾ ਪਾਣੀ ਜਿਹੜਾ ਹੈਗਾ ਆ ਉਹ ਵੀ ਮਿਲਣਾ ਸ਼ੁਰੂ ਹੋ ਗਿਆ ਸੀ ਲੋਕਾਂ ਨੂੰ ਤੇ ਇਹਦੇ ਵਿੱਚ ਮੰਨਿਆ ਜਾਂਦਾ ਹੈ ਕਿ ਜਿੱਦਾਂ ਹੁਣ 84 ਪੌੜੀਆਂ ਨੇ 84 ਪੌੜੀ ਤੇ ਜੇ ਤੁਸੀਂ ਪਹਿਲੀ ਪੌੜੀ ਤੇ ਖਲੋ ਕੇ ਪਹਿਲੀ ਪੌੜੀ ਤੇ ਖਲੋ ਕੇ ਤੁਸੀਂ ਜਪਜੀ ਸਾਹਿਬ ਦਾ ਪਾਠ ਕਰੋਗੇ ਫਿਰ ਇਸ਼ਨਾਨ ਕਰਕੇ ਫਿਰ ਵਾਪਿਸ ਆਓਗੇ ਫਿਰ ਦੂਸਰੀ ਪੌੜੀ ਤੇ ਇਸੇ ਤਰ੍ਹਾਂ ਕਰਦੇ ਕਰਦੇ ਤੁਹਾਨੂੰ 84 ਵਾਰ ਕਹਿੰਦੇ ਨੇ ਕਿ ਜਪਜੀ ਸਾਹਿਬ ਦਾ ਪਾਠ ਜਿਹੜਾ ਆ ਉਹ ਕਰਨਾ ਪਵੇਗਾ ਤੇ 84 ਇਸ਼ਨਾਨ ਕਰਨੇ ਪੈਣਗੇ ਉਸ ਤੋਂ ਬਾਅਦ ਜਿਹੜੀ ਤੁਹਾਡੀ 84 ਵਾਰ ਜ਼ਰੂਰ ਜਿਹੜੀ ਹੈਗੀ ਉਹ ਕੱਟੀ ਜਾਵੇਗੀ। ਨੈਕਸਟ ਹੈ ਲੰਗਰ ਪ੍ਰਥਾ ਦਾ ਵਿਸਥਾਰ। ਹੁਣ ਗੁਰੂ ਅੰਗਦ ਦੇਵ ਜੀ ਜਿਹੜੇ ਸਨ ਉਹਨਾਂ ਨੇ ਵੀ ਲੰਗਰ ਪ੍ਰਥਾ ਦਾ ਬਹੁਤ ਸਾਰਾ ਵਿਸਥਾਰ ਕੀਤਾ ਸੀ। ਗੁਰੂ ਅੰਗਦ ਦੇਵ ਜੀ ਦੇ ਨਾਲ ਉਹਨਾਂ ਦੀ ਧਰਮ ਪਤਨੀ ਮਾਤਾ ਖੀਦੀ ਜੀ ਨੇ ਉਹਨਾਂ ਦਾ ਪੂਰਾ ਪੂਰਾ ਸਾਥ ਦਿੱਤਾ ਸੀ। ਉਸ ਤੋਂ ਬਾਅਦ ਜਦੋਂ ਗੁਰੂ ਅਮਰਦਾਸ ਜੀ ਦਾ ਟਾਈਮ ਆਉਂਦਾ ਹੈ ਤਾਂ ਉਹਨਾਂ ਦੇ ਟਾਈਮ ਦੇ ਵਿੱਚ ਵੀ ਜਿਹੜੇ ਲੰਗਰ ਪ੍ਰਥਾ ਹੈਗੀ ਹੈ ਉਹ ਉਸੇ ਤਰ੍ਹਾਂ ਚੱਲਦੀ ਹੈ ਤੇ ਉਹਦਾ ਬਹੁਤ ਜ਼ਿਆਦਾ ਵਿਸਥਾਰ ਵੀ ਕੀਤਾ ਜਾਂਦਾ ਹੈ। ਜਦੋਂ ਲੰਗਰ ਚੱਲ ਰਿਹਾ ਹੁੰਦਾ ਹੈ ਤਾਂ ਉੱਥੇ ਕਿਸੇ ਵੀ ਜਾਤ ਧਰਮ ਜਿਹੜਾ ਹੈਗਾ ਹੈ ਉਹਨੂੰ ਨਹੀਂ ਵੇਖਿਆ ਜਾਂਦਾ। ਸਾਰੇ ਲੋਕ ਬਿਨਾਂ ਭੇਦਭਾਵ ਇੱਕੋ ਹੀ ਪੰਗਤ ਵਿੱਚ ਬੈਠ ਕੇ ਜਿਹੜਾ ਇਕੱਠੇ ਭੋਜਨ ਛਕਦੇ ਸਨ, ਚਾਹੇ ਉਹ ਬ੍ਰਾਹਮਣ ਹੋਣ, ਚਾਹੇ ਖੱਤਰੀ, ਚਾਹੇ ਵੈਸ਼, ਚਾਹੇ ਸ਼ੂਦਰ। ਠੀਕ ਹੈ ਇਸੇ ਤਰ੍ਹਾਂ ਇਹਦੀ ਇੱਕ ਬਹੁਤ ਹੀ ਵਧੀਆ ਉਦਾਹਰਣ ਜਿਹੜੀ ਹੈ ਸਾਨੂੰ ਮਿਲਦੀ ਹੈ ਜਦੋਂ ਮੁਗਲ ਸਮਰਾਟ ਅਕਬਰ ਜਿਹੜਾ ਸੀਗਾ ਉਹ ਗੁਰੂ ਸਾਹਿਬ ਕੋਲ ਆਉਂਦਾ ਹੈ। ਐਕਚੁਅਲੀ ਜਿਹੜਾ ਮੁਗਲ ਸਮਰਾਟ ਅਕਬਰ ਸੀ ਤੇ ਹਰੀਪੁਰ ਦਾ ਰਾਜਾ ਸੀ। ਠੀਕ ਹੈ ਉਹਨਾਂ ਨੂੰ ਗੁਰੂ ਸਾਹਿਬ ਦੀ ਸ਼ੋਭਾ ਬਾਰੇ ਪਤਾ ਹੁੰਦਾ ਹੈ ਤਾਂ ਉਹ ਗੁਰੂ ਸਾਹਿਬ ਦੇ ਕੋਲ ਆਉਂਦੇ ਹਨ ਤੇ ਗੁਰੂ ਸਾਹਿਬ ਨੂੰ ਮਿਲਣ ਦੀ ਚਾਹ ਪ੍ਰਗਟ ਕਰਦੇ ਹਨ। ਲੇਕਿਨ ਉਹਨਾਂ ਨੂੰ ਪਹਿਲਾਂ ਹੀ ਬੋਲ ਦਿੱਤਾ ਜਾਂਦਾ ਹੈ ਕਿ ਜੇਕਰ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹਨ
ਤਾਂ ਪਹਿਲਾਂ ਤੁਸੀਂ ਲੰਗਰ ਵਿੱਚ ਭੋਜਨ ਛਕਿਆ। ਤੇ ਜਦੋਂ ਬਾਦਸ਼ਾਹ ਲੰਗਰ ਵਿੱਚ ਜਾਂਦਾ ਹੈ ਤਾਂ ਉਸਨੂੰ ਪਤਾ ਲੱਗਦਾ ਹੈ ਕਿ ਸਾਰੇ ਲੋਕ ਇੱਕੋ ਹੀ ਪੰਗਤ ਵਿੱਚ ਬੈਠ ਕੇ ਹੇਠਾਂ ਬੈਠ ਕੇ ਜਿਹੜਾ ਹੈਗਾ ਆ ਫੁਲਕਾ ਛਕ ਰਹੇ ਸਨ। ਬਾਦਸ਼ਾਹ ਇਸ ਚੀਜ਼ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਕੇ ਉਹ ਨਾਲ ਹੀ ਗੁਰੂ ਸਾਹਿਬ ਨੇ ਇੱਕ ਪੇਸ਼ਕਸ਼ ਕਰਦਾ ਹੈ ਕਿ ਤੁਹਾਨੂੰ ਅਸੀਂ ਲੰਗਰ ਦੇ ਵਾਸਤੇ ਇੱਕ ਜ਼ਮੀਨ ਜਿਹੜੀ ਹੈਗੀ ਹੈ ਉਹ ਦਾਨ ਦੇਵਾਂਗੇ, ਠੀਕ ਹੈ। ਤੇ ਜ਼ਮੀਨ ਦਾਨ ਕਰਨ ਦੀ ਜਿਹੜੀ ਪੇਸ਼ਕਸ਼ ਹੈਗੀ ਹੈ ਇਹ ਬਾਦਸ਼ਾਹ ਦੁਆਰਾ, ਬਾਦਸ਼ਾਹ ਅਕਬਰ ਦੁਆਰਾ ਕੀਤੀ ਜਾਂਦੀ ਹੈ। ਅਕਬਰ ਕਰਦਾ ਹੈ ਗੁਰੂ ਸਾਹਿਬ, ਗੁਰੂ ਅਮਰਦਾਸ ਜੀ, ਠੀਕ ਹੈ। ਗੁਰੂ ਅਮਰਦਾਸ ਜੀ ਇਨਕਾਰ ਕਰ ਦਿੰਦੇ ਹਨ, ਕਹਿੰਦੇ ਹਨ ਕਿ ਨਹੀਂ, ਕਿ ਲੰਗਰ ਦੀ ਜੋ ਸੇਵਾ ਹੈ ਇਹ ਸੰਗਤ ਖੁਦ ਚਲਾਉਂਦੀ ਹੈ, ਇਸ ਕਰਕੇ ਲੰਗਰ ਵਾਸਤੇ ਕੋਈ ਵੀ ਜ਼ਮੀਨ ਜਿਹੜੀ ਹੈ ਉਹ ਦਾਨ ਨਹੀਂ ਲਈ ਜਾਏਗੀ। ਤਾਂ ਅਕਬਰ ਕੀ ਕਰਦਾ ਹੈ, ਗੁਰੂ ਸਾਹਿਬ ਦੀ ਬੇਟੀ ਸੀ, ਸਪੁੱਤਰੀ ਸੀ ਬੀਬੀ ਭਾਨੀ ਜੀ, ਠੀਕ ਹੈ। ਤੇ ਬੀਬੀ ਭਾਨੀ ਜੀ ਨੂੰ ਜਿਹੜੀ ਜ਼ਮੀਨ ਹੈ ਉਹ ਦਾਨ ਕਰ ਦਿੱਤੀ ਜਾਂਦੀ ਹੈ, ਬੀਬੀ ਭਾਨੀ ਜੀ ਨੂੰ ਜ਼ਮੀਨ ਦੇ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਬੀਬੀ ਭਾਨੀ ਜੀ ਦੀ ਸ਼ਾਦੀ ਜਿਹੜੀ ਹੈ ਹੁੰਦੀ ਹੈ ਭਾਈ ਜੇਠਾ ਜੀ ਦੇ ਨਾਲ, ਜਿਨ੍ਹਾਂ ਨੂੰ ਅਸੀਂ ਗੁਰੂ ਰਾਮਦਾਸ ਜੀ ਦੇ ਨਾਂ ਨਾਲ ਜਾਣਦੇ ਹਾਂ, ਠੀਕ ਹੈ। ਭਾਈ ਜੇਠਾ ਜੀ ਇਹਨਾਂ ਦਾ ਹੋਣ ਵਾਲਾ ਨਾਮ ਜਿਹੜਾ ਹੈਗਾ ਗੁਰੂ ਰਾਮਦਾਸ ਜੀ, ਠੀਕ ਹੈ। ਤੇ ਜਦੋਂ ਬੀਬੀ ਭਾਨੀ ਦੀ ਸ਼ਾਦੀ ਭਾਈ ਜੇਠਾ ਜੀ ਦੇ ਨਾਲ ਹੁੰਦੀ ਹੈਗੀ ਹੈ ਤਾਂ ਜਿਹੜੀ ਜ਼ਮੀਨ ਹੈਗੀ ਉਹ ਭਾਈ ਜੇਠਾ ਜੀ ਪਾਸ ਚਲੀ ਜਾਂਦੀ ਹੈਗੀ ਹੈ। ਫਿਰ ਗੁਰੂ ਰਾਮਦਾਸ ਜੀ ਜਦੋਂ ਗੁਰੂ ਬਣਦੇ ਹਨ ਉਸ ਤੋਂ ਬਾਅਦ ਉਸੇ ਜਗ੍ਹਾ ਤੇ ਅੰਮ੍ਰਿਤਸਰ ਸ਼ਹਿਰ ਜਿਹੜਾ ਹੈਗਾ ਉਹ ਵਸਾ ਦਿੰਦੇ ਹਨ। ਨੈਕਸਟ ਹੈ ਗੁਰਬਾਣੀ ਦਾ ਸੰਕਲਨ ਤੇ ਰਚਨਾ। ਗੁਰੂ ਸਾਹਿਬ ਨੇ ਬਹੁਤ ਬਾਣੀ ਜਿਹੜੀ ਸੀ ਖੁਦ ਰਚੀ ਅਤੇ ਇਹਦੇ ਨਾਲ ਨਾਲ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੀ ਜਿਹੜੀ ਬਾਣੀ ਸੀ ਉਸ ਨੂੰ ਵੀ ਸੰਭਾਲ ਕੇ ਰੱਖਿਆ। ਖੁਦ ਉਹਨਾਂ ਨੇ 907 ਸ਼ਬਦਾਂ ਦੀ ਜਿਹੜੀ ਹੈਗੀ ਹੈ ਰਚਨਾ ਕੀਤੀ। ਉਸ ਤੋਂ ਇਲਾਵਾ ਗੁਰੂ ਸਾਹਿਬ ਨੇ ਕਈ ਸਾਰੇ ਭਗਤਾਂ ਦੇ ਸਲੋਕ ਤੇ ਭਜਨ ਵੀ ਇਕੱਠੇ ਕੀਤੇ ਤਾਂ ਕਿ ਇੱਕ ਮਹਾਨ ਗ੍ਰੰਥ ਜਿਹੜਾ ਹੈਗਾ ਜਿਹੜਾ ਬਾਅਦ ਵਿੱਚ ਲਿਖਿਆ ਜਾਣਾ ਸੀ ਆਦਿ ਗ੍ਰੰਥ, ਉਹਦੇ ਲਈ ਸਮੱਗਰੀ ਜਿਹੜੀ ਆ ਉਹ ਇਕੱਠੀ ਹੋ ਸਕੇ। ਇਸੇ ਮੰਜੀ ਪ੍ਰਥਾ ਇਹ ਬਹੁਤ ਹੀ ਵਧੀਆ ਇੰਸਟੀਟਿਊਸ਼ਨ ਹੈਗਾ ਹੈ ਜਿਹੜਾ ਗੁਰੂ ਅਮਰਦਾਸ ਜੀ ਜੋ ਸਨ ਉਹਨਾਂ ਨੇ ਸਥਾਪਿਤ ਕੀਤਾ ਸੀ, ਕਿਉਂਕਿ ਗੁਰੂ ਅਮਰਦਾਸ ਜੀ ਦੇ ਸਮੇਂ ਤੱਕ ਜਿਹੜੇ ਸਿੱਖ ਸੀ ਉਹਨਾਂ ਦੀ ਗਿਣਤੀ ਬਹੁਤ ਵੱਧ ਚੁੱਕੀ ਸੀ, ਠੀਕ ਹੈ। ਹੁਣ ਦੇਖੋ ਸਿੱਖ ਧਰਮ ਸਟਾਰਟ ਕੀਤਾ ਜਾਂਦਾ ਹੈਗਾ ਆ ਗੁਰੂ ਨਾਨਕ ਦੇਵ ਜੀ ਦੇ ਦੁਆਰਾ, ਫਿਰ ਗੁਰੂ ਅਮਰਦਾਸ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਇਸ ਨੂੰ ਅੱਗੇ ਇਸ ਨੂੰ ਵਿਕਸਿਤ ਕਰਨ ਵਿੱਚ ਬਹੁਤ ਸਾਰਾ ਯੋਗਦਾਨ ਦਿੰਦੇ ਨੇ। ਲੋਕਾਂ ਦੇ ਦੁਆਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਨਾਲ ਜੁੜਿਆ ਜਾਂਦਾ ਹੈ। ਉਸ ਤੋਂ ਬਾਅਦ ਕਿਉਂਕਿ ਹੁਣ ਸੰਗਤ ਵੱਧ ਚੁੱਕੀ ਹੈ ਤਾਂ ਹਰ ਜਗ੍ਹਾ ਤੇ ਜਾ ਕੇ ਉਹਨਾਂ ਨੂੰ ਵਿਅਕਤੀਗਤ ਰੂਪ ਵਿੱਚ ਆਪਣੇ ਉਪਦੇਸ਼ਾਂ ਤੋਂ ਜਾਣੂ ਕਰਵਾਉਣਾ ਬਹੁਤ ਔਖਾ ਹੋ ਚੁੱਕਾ ਸੀ। ਇਸ ਕਰਕੇ ਗੁਰੂ ਸਾਹਿਬ ਜਿਹੜੇ ਹਨ ਉਹ ਪੂਰੇ ਆਪਣੇ ਸਿੱਖ ਸਾਮਰਾਜ ਨੂੰ 22 ਹਿੱਸਿਆਂ ਦੇ ਵਿੱਚ ਵੰਡ ਦਿੰਦੇ ਹਨ, ਠੀਕ ਹੈ। ਇਸ ਨੂੰ ਅਸੀਂ ਮੰਜੀ ਪ੍ਰਥਾ ਬੋਲਦੇ ਹਾਂ। ਹੁਣ ਪੂਰੇ ਸਿੱਖ ਸਾਮਰਾਜ ਨੂੰ 22 ਹਿੱਸਿਆਂ ਵਿੱਚ ਵੰਡਣ ਦਾ ਮਤਲਬ ਇਹ ਹੈ ਕਿ ਜਿੰਨਾ ਜਿੰਨਾ ਇਲਾਕਿਆਂ ਵਿੱਚ ਸਿੱਖ ਰਹਿੰਦੇ ਹਨ ਉਹਨਾਂ ਇਲਾਕਿਆਂ ਨੂੰ ਵੰਡਿਆ ਗਿਆ। ਨਹੀਂ, ਇਹ ਗੱਲ ਬਿਲਕੁਲ ਨਹੀਂ ਹੈਗੀ। ਗੁਰੂ ਅਮਰਦਾਸ ਜੀ ਤੱਕ ਕੋਈ ਵੀ ਸਿੱਖ ਰਾਜ ਦਾ ਵਿਸਥਾਰ ਜਿਹੜਾ ਸੀ ਉਹ ਨਹੀਂ ਸੀ ਹੋਇਆ, ਠੀਕ ਹੈ। ਇਸੇ ਕਰਕੇ ਇੱਥੇ ਇੱਕ ਚੀਜ਼ ਜ਼ਰੂਰ ਆਪਾਂ ਧਿਆਨ ਦੇਣੀ ਹੈਗੀ ਆ ਕਿ ਅਧਿਆਤਮਿਕ ਸਾਮਰਾਜ, ਠੀਕ ਹੈ, ਕਿਹੜੇ ਸਾਮਰਾਜ ਨੂੰ ਵੰਡਣ ਦੀ ਗੱਲ ਕੀਤੀ ਜਾ ਰਹੀ ਹੈ, ਅਧਿਆਤਮਿਕ ਸਾਮਰਾਜ। ਤਾਂ ਗੁਰੂ ਸਾਹਿਬ ਨੇ ਜਿਹੜਾ ਆਪਣਾ ਅਧਿਆਤਮਿਕ ਸਾਮਰਾਜ ਸੀ ਉਸਦੇ 22 ਹਿੱਸਿਆਂ ਵਿੱਚ ਉਹਨੂੰ ਵੰਡਿਆ, ਜਿਸ ਨੂੰ ਮੰਜੀ ਪ੍ਰਥਾ ਕਿਹਾ ਜਾਂਦਾ ਸੀ, ਠੀਕ ਹੈ। ਹਰ ਮੰਜੀ ਦੇ ਲਈ ਇੱਕ ਪ੍ਰਭਾਵਸ਼ਾਲੀ ਸਿੱਖ ਜਿਹੜਾ ਸੀਗਾ ਉਹਨੂੰ ਨਿਯੁਕਤ ਕੀਤਾ ਜਾਂਦਾ ਸੀ। ਉਸ ਪ੍ਰਭਾਵਸ਼ਾਲੀ ਸਿੱਖ ਦੇ ਜਿਹੜਾ ਇੱਥੋਂ ਗੁਰੂ ਨਾਨਕ ਦੇਵ ਜੀ ਕੀ ਕਰਦੇ ਸੀ ਆਪਣੇ ਸੋਰੀ ਗੁਰੂ ਅਮਰਦਾਸ ਜੀ ਕੀ ਕਰਦੇ ਸੀ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਕਰਦੇ ਸੀ, ਠੀਕ ਹੈ। ਹੁਣ ਗੁਰੂ ਅਮਰਦਾਸ ਜੀ ਜਿਹੜੇ ਵੀ ਸਿੱਖਾਂ ਨੂੰ ਇਸ ਚੀਜ਼ ਵਾਸਤੇ ਨਿਯੁਕਤ ਕਰਦੇ ਸੀ ਪਹਿਲਾਂ ਦੇਖਿਆ ਜਾਂਦਾ ਸੀ ਕਿ ਉਹ ਗੁਰੂ ਘਰ ਦੇ ਜਿਹੜੀਆਂ ਪੂਰੀਆਂ ਮਾਨ ਮਰਿਆਦਾਵਾਂ ਤੋਂ ਜਾਣੂ ਹਨ ਜਾਂ ਨਹੀਂ ਹਨ। ਜੋ ਧਾਰਨਾ ਗੁਰੂ ਸਾਹਿਬ ਦੀ ਹੈ ਉਹੀ ਧਾਰਨਾ ਜਿਹੜੀ ਹੈ ਉਹਨਾਂ ਨੇ ਬਿਲਕੁਲ ਅਪਣਾਈ ਹੈ ਜਾਂ ਨਹੀਂ ਅਪਣਾਈ ਹੈ, ਠੀਕ ਹੈ। ਜਿਹੜੇ ਇਸ ਕਸਵੱਟੀ ਤੇ ਪੂਰੀ ਤਰ੍ਹਾਂ ਖਰੇ ਉਤਰਦੇ ਸਨ ਉਹਨਾਂ ਨੂੰ ਹੀ ਮੰਜੀ ਪ੍ਰਥਾ ਦਾ ਜੋ ਮੇਨ ਵਿਧਾਨ ਹੈ ਉਹ ਨਿਯੁਕਤ ਕੀਤਾ ਜਾਂਦਾ ਸੀ। ਫਿਰ ਉਹਨਾਂ ਨੂੰ ਇੱਕ ਹੁਕਮ ਦਿੱਤਾ ਜਾਂਦਾ ਸੀ ਕਿ ਅਲੱਗ ਅਲੱਗ ਜਗ੍ਹਾ ਤੇ ਜਾ ਕੇ ਸਿੱਖਾਂ ਨੂੰ ਗੁਰੂ ਘਰ ਦੇ ਉਪਦੇਸ਼ਾਂ ਤੋਂ ਜਾਣੂ ਕਰਵਾਇਆ। ਨਾਲ ਦੇ ਨਾਲ ਇਹਨਾਂ ਕੋਲ ਇੱਕ ਹੋਰ ਕੰਮ ਵੀ ਦਿੱਤਾ ਜਾਂਦਾ ਸੀ, ਉਹ ਕੀ ਸੀ ਕਿ ਸਿੱਖ ਧਰਮ ਵਿੱਚ ਭੇਟਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈਗਾ। ਤੇ ਮਤਲਬ ਜਿੱਥੇ ਜਿੱਥੇ ਉਹ ਜਾ ਕੇ ਪ੍ਰਚਾਰ ਕਰਨਗੇ ਉੱਥੇ ਉੱਥੇ ਸਿੱਖਾਂ ਕੋਲੋਂ ਉਹ ਭੇਟਾਂ ਵੀ ਲੈ ਕੇ ਆਉਣਗੇ ਤੇ ਉਹ ਜਿਹੜਾ ਵੀ ਸਿੱਖ ਆਪਣੇ ਜੋ ਉਹਦੀ ਕਮਾਈ ਹੈ ਉਹਦੇ ਵਿੱਚੋਂ ਜੋ ਦਸਵੰਧ ਕੱਢਦਾ ਹੈ ਉਹ ਕਿਸੇ ਨਾ ਕਿਸੇ ਤਰੀਕੇ ਗੁਰੂ ਸਾਹਿਬ ਕੋਲ
ਲੈ ਕੇ ਆਇਆ ਜਾਵੇ। ਠੀਕ ਹੈ, ਹੁਣ ਜੋ ਭੇਟਾਂ ਜਿਹੜੀ ਸੀ ਸਿੱਖ ਚਾਹੁੰਦੇ ਸੀਗੇ ਗੁਰੂ ਘਰ ਵਿੱਚ ਦੇਣਾ, ਕਿਉਂਕਿ ਉਦੋਂ ਆਵਾਜਾਈ ਦੇ ਸਾਧਨ ਤਾਂ ਇੰਨੇ ਵਿਕਸਿਤ ਹੈ ਨਹੀਂ ਸੀ, ਤਾਂ ਇੱਕਦਮ ਗੁਰੂ ਸਾਹਿਬ ਕੋਲ ਪਹੁੰਚਣ ਵਾਸਤੇ ਜਿਹੜਾ ਪਹੁੰਚਣਾ ਔਖਾ ਸੀ। ਇਸ ਕਰਕੇ ਗੁਰੂ ਸਾਹਿਬ ਕੀ ਕਰਦੇ ਸੀ, ਸਿੱਖਾਂ ਨੂੰ ਹੀ ਹੁਕਮ ਦੇ ਦਿੰਦੇ ਸੀ ਕਿ ਤੁਸੀਂ ਆਉਂਦੇ ਹੋਏ ਉਹਨਾਂ ਦੀ ਭੇਟਾ ਜਿਹੜੀ ਹੈ ਉਹ ਲੈ ਆਉਣਾ। ਕਈ ਵਾਰੀ ਕੋਈ ਸਿੱਖ ਕੋਈ ਪੈਸੇ ਦੇ ਦਿੰਦੇ ਸੀ ਮੱਥਾ ਟੇਕਣ ਵਾਸਤੇ, ਉਹ ਵੀ ਲਿਆ ਕੇ ਗੁਰੂ ਘਰ ਦੇ ਅੱਗੇ ਰੱਖ ਦਿੱਤੇ ਜਾਂਦੇ ਸੀ। ਉਸ ਤੋਂ ਬਾਅਦ ਉਸੇ ਚੀਜ਼ ਦੇ ਨਾਲ ਬਾਅਦ ਵਿੱਚ ਜਿਹੜਾ ਲੰਗਰ ਪ੍ਰਥਾ ਹੈਗੀ ਹੈ ਉਹਨੂੰ ਚਲਾਇਆ ਗਿਆ। ਹੁਣ ਜਿਹੜੇ ਸਿੱਖ ਉਪਦੇਸ਼ ਦੇਣ ਜਾਂਦੇ ਸਨ, ਕਿਉਂਕਿ ਮੰਜੀ ਤੇ ਬੈਠ ਕੇ ਲੋਕਾਂ ਨੂੰ ਉਪਦੇਸ਼ ਦਿੰਦੇ ਸਨ, ਇਸ ਕਰਕੇ ਇਹਨੂੰ ਮੰਜੀ ਪ੍ਰਥਾ ਕਿਹਾ ਜਾਂਦਾ। ਠੀਕ ਹੈ, ਸਿੱਖ ਧਰਮ ਦੇ ਵਿੱਚ ਮੰਜੀ ਪ੍ਰਥਾ ਦਾ ਜਿਹੜਾ ਵਿਸਥਾਰ ਹੈ ਸਭ ਤੋਂ ਜ਼ਿਆਦਾ ਗੁਰੂ ਅਮਰਦਾਸ ਜੀ ਦੇ ਟਾਈਮ ਪੀਰੀਅਡ ਤੇ ਹੀ ਹੋਇਆ ਸੀ। ਅਗਲਾ ਹੈ ਉਦਾਸੀਆਂ ਨਾਲੋਂ ਸਿੱਖਾਂ ਨੂੰ ਵੱਖ ਕਰਨਾ। ਹੁਣ ਦੂਜਾ ਇਹਨਾਂ ਦਾ ਮੇਨ ਕੰਮ ਕੀ ਸੀ, ਇਹਨਾਂ ਨੇ ਉਦਾਸੀ ਮੱਤ ਦਾ ਖੰਡਨ ਕੀਤਾ। ਠੀਕ ਹੈ, ਹੁਣ ਉਦਾਸੀ ਮੱਤ, ਕੱਲ ਵੀ ਆਪਾਂ ਗੱਲ ਕੀਤੀ ਕਿ ਉਦਾਸੀ ਮੱਤ ਜਿਹੜਾ ਹੈਗਾ ਇਹ ਬਾਬਾ ਸ਼੍ਰੀ ਚੰਦ ਜੀ ਨੇ ਚਲਾਇਆ। ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਸਨ। ਠੀਕ ਹੈ, ਭਾਵੇਂ ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਸਮਝਾਇਆ ਸੀ ਕਿ ਉਦਾਸੀ ਜਿਹੜੇ ਹਨ ਇਹ ਵੱਖਰਾ ਪੰਥ ਚੱਲ ਰਿਹਾ ਹੈ, ਪਰ ਫਿਰ ਵੀ ਜਿਹੜੇ ਉਦਾਸੀ ਸੀ ਉਹਨਾਂ ਦਾ ਜਦ ਵੀ ਘਟਦਾ ਹੈਗਾ, ਲੋਕ ਕਾਫੀ ਲੋਕ ਉਹਨਾਂ ਦੇ ਪਿੱਛੇ ਜਿਹੜਾ ਹੈਗਾ ਚਲੇ ਜਾਂਦੇ ਹਨ। ਲੇਕਿਨ ਗੁਰੂ ਅਮਰਦਾਸ ਜੀ ਆਪਣੀ ਹਿੰਮਤ ਦਲੇਰੀ ਤੇ ਸੁਗੜਤਾ ਦੇ ਨਾਲ ਸਿੱਖਾਂ ਨੂੰ ਸਪਸ਼ਟ ਰੂਪ ਵਿੱਚ ਸਮਝਾ ਦਿੰਦੇ ਹਨ ਕਿ ਉਦਾਸੀਆਂ ਦਾ ਤਿਆਗ ਦਾ ਸਿਧਾਂਤ ਹੈ ਅਤੇ ਗੁਰੂ ਨਾਨਕ ਦੇਵ ਜੀ ਨੇ ਤਿਆਗ ਦਾ ਸਿਧਾਂਤ ਜਿਹੜਾ ਹੈਗਾ ਆ ਉਹ ਨਹੀਂ ਅਪਣਾਇਆ। ਕਿਉਂਕਿ ਤਿਆਗ ਦੇਖੋ ਘਰ ਬਾਰ ਦਾ ਤਿਆਗ, ਲੇਕਿਨ ਗੁਰੂ ਨਾਨਕ ਦੇਵ ਜੀ ਨੇ ਤੇ ਘਰ ਬਾਰ ਦਾ ਤਿਆਗ ਕੀਤਾ ਹੀ ਨਹੀਂ। ਠੀਕ ਹੈ, ਗੁਰੂ ਨਾਨਕ ਦੇਵ ਜੀ ਉਦਾਸੀਆਂ ਕਰਨ ਗਏ ਸੀ, ਗੁਰੂ ਨਾਨਕ ਦੇਵ ਜੀ ਯਾਤਰਾਵਾਂ ਕਰਨ ਗਏ ਸੀ, ਲੇਕਿਨ ਯਾਤਰਾਵਾਂ ਕਰਕੇ ਵਾਪਿਸ ਉਹ ਘਰ ਵਿੱਚ ਹੀ ਆਉਂਦੇ ਸੀ। ਉਹਨਾਂ ਦਾ ਪੂਰਾ ਇੱਕ ਪਰਿਵਾਰ ਸੀ। ਠੀਕ ਹੈ, ਤੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਵੀ ਚੁੱਕਦੇ ਹਨ ਅਤੇ ਆਪਣੀ ਜ਼ਿੰਦਗੀ ਦੇ ਅਖੀਰਲਾ ਸਮਾਂ ਜਿਹੜਾ ਆਪਣੇ ਪਰਿਵਾਰ ਦੇ ਨਾਲ ਜਿਹੜਾ ਹੈ ਬਿਤਾਉਂਦੇ। ਠੀਕ ਹੈ, ਤੇ ਮਤਲਬ ਜੇਕਰ ਅਸੀਂ ਦੇਖੀਏ ਤਾਂ ਜਿਹੜਾ ਤਿਆਗ ਦਾ ਸਿਧਾਂਤ ਹੈ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਤੋਂ ਬਿਲਕੁਲ ਉਲਟ ਹੈ। ਠੀਕ ਹੈ, ਫਿਰ ਇਸ ਚੀਜ਼ ਬਾਰੇ ਜਦੋਂ ਗੁਰੂ ਅਮਰਦਾਸ ਜੀ ਆਪਣੇ ਸਿੱਖਾਂ ਨੂੰ ਚੰਗੀ ਤਰ੍ਹਾਂ ਸਮਝਾਉਂਦੇ ਹਨ ਤਾਂ ਫਿਰ ਲੋਕ ਜਿਹੜੇ ਹਨ ਉਹ ਉਦਾਸੀ ਪੰਥ ਨਾਲੋਂ ਪਿੱਛੇ ਹੋ ਜਾਂਦੇ ਹਨ। ਇਸ ਤੋਂ ਇਲਾਵਾ ਸਿੱਖਾਂ ਨੂੰ ਪੱਤਣਾ ਜਾਂ ਹੁਕਮਨਾਮਿਆਂ ਰਾਹੀਂ ਵੀ ਸਮਝਾਇਆ ਜਾਂਦਾ, ਮਤਲਬ ਗੁਰੂ ਘਰ ਵੱਲੋਂ ਬਹੁਤ ਸਾਰੇ ਹੁਕਮਨਾਮੇ ਵੀ ਜਾਰੀ ਕੀਤੇ ਗਏ ਸੀ ਇਸ ਟਾਈਮ ਤੇ, ਜਿਹਨਾਂ ਹੁਕਮਨਾਮਿਆਂ ਵਿੱਚ ਸਪਸ਼ਟ ਬੋਲਿਆ ਗਿਆ ਸੀਗਾ ਕਿ ਉਦਾਸੀ ਮੱਤ ਦਾ ਜਿਹੜਾ ਤਿਆਗ ਦਾ ਸਿਧਾਂਤ ਆ ਉਹਨੂੰ ਜਿਹੜੇ ਲੋਕ ਮੰਨਣਗੇ ਉਹ ਸਿੱਖ ਨਹੀਂ ਹੋਣਗੇ, ਗੁਰੂ ਦੇ ਸਿੱਖ ਨਹੀਂ ਹੋਣਗੇ। ਗੁਰੂ ਦੇ ਸਿੱਖ ਸਿਰਫ ਉਹ ਹੀ ਹੋਣਗੇ ਜੋ ਗੁਰੂ ਨਾਨਕ ਦੇਵ ਜੀ ਦੇ ਮੌਲਿਕ ਉਪਦੇਸ਼ਾਂ ਦੇ ਉੱਪਰ ਚੱਲਣਗੇ। ਠੀਕ ਹੈ, ਸਿੱਟੇ ਵਜੋਂ ਬਹੁਤ ਸਾਰੇ ਲੋਕ ਜਿਹੜੇ ਸੀ ਉਹਨਾਂ ਨੇ ਉਦਾਸੀਆਂ ਨੂੰ ਤਿਆਗ ਉਦਾਸੀਆਂ ਦੇ ਤਿਆਗ ਸਿਧਾਂਤ ਨਾਲੋਂ ਆਪਣੇ ਆਪ ਨੂੰ ਵੱਖਰਾ ਕਰ ਲਿਆ ਤੇ ਗ੍ਰਹਿਸਥ ਜੀਵਨ ਜਿਹੜਾ ਸੀ ਉਹ ਜਿਉਣਾ ਸ਼ੁਰੂ ਕਰ ਦਿੱਤਾ ਅਤੇ ਗ੍ਰਹਿਸਥ ਜੀਵਨ ਦੇ ਨਾਲ ਨਾਲ ਨਾਮ ਜਾਪ ਜਿਹੜਾ ਆ ਉਹ ਕਰਨ ਲੱਗੇ। ਇਸ ਤਰ੍ਹਾਂ ਜਿਹੜੇ ਗੁਰੂ ਅਮਰਦਾਸ ਜੀ ਨੇ ਉਹਨਾਂ ਨੇ ਸਿੱਖ ਧਰਮ ਦਾ ਜਿਹੜਾ ਇੱਕ ਵੱਖਰਾ ਸਰੂਪ ਸੀ ਉਹਨੂੰ ਕਾਇਮ ਰੱਖਿਆ, ਉਹਨੂੰ ਉਦਾਸੀ ਪੰਥ ਵਿੱਚ ਮਿਲਣ ਤੋਂ ਉਹਨਾਂ ਨੇ ਬਚਾਇਆ। ਇਸੇ ਸਮਾਜਿਕ ਸੁਧਾਰ, ਗੁਰੂ ਅਮਰਦਾਸ ਜੀ ਬਹੁਤ ਵੱਡੇ ਸਮਾਜ ਸੁਧਾਰਕ ਹਨ। ਸਮਾਜ ਸੁਧਾਰਕਾਂ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦਾ ਵੀ ਨਾਂ ਜਿਹੜਾ ਹੈਗਾ ਹੈ ਮੋਢੀਆਂ ਵਿੱਚੋਂ ਲੈਂਦੇ ਹਾਂ। ਲੇਕਿਨ ਗੁਰੂ ਅਮਰਦਾਸ ਜੀ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਦੁਆਰਾ ਵੀ ਬਹੁਤ ਸਾਰੇ ਜਿਹੜੇ ਸਮਾਜ ਸੁਧਾਰ ਨੇ ਉਹ ਕੀਤੇ ਗਏ ਸੀ ਤੇ ਉਹਨਾਂ ਦੇ ਸਮਾਜ ਸੁਧਾਰ ਬਾਰੇ ਬਹੁਤ ਸਾਰੇ ਕੁਐਸਚਨ ਜਿਹੜੇ ਹੈਗੇ ਆ ਉਹ ਵੀ ਸਾਡੇ ਪੰਜਾਬ ਜੀਕੇ ਦੇ ਵਿੱਚ ਆ ਜਾਂਦੇ ਹੈਗੇ ਆ। ਹੁਣ ਦੇਖੋ, ਇੱਕ ਤੇ ਉਹਨਾਂ ਨੇ ਬੋਲਿਆ ਕਿ ਜਿਹੜੇ ਸਦੀਆਂ ਤੋਂ ਸਮਾਜਿਕ ਰੀਤੀ ਰਿਵਾਜ ਵਿਸ਼ਵਾਸ ਚੱਲਦੇ ਆ ਰਹੇ ਨੇ, ਨਿਯਮ ਚੱਲਦੇ ਆ ਰਹੇ ਨੇ, ਇਹਨਾਂ ਨੂੰ ਬਦਲਣਾ ਔਖਾ ਹੈ। ਠੀਕ ਹੈ, ਲੇਕਿਨ ਫਿਰ ਵੀ ਉਹਨਾਂ ਨੇ ਕੀ ਕੀਤਾ, ਇਹਨਾਂ ਦਾ ਖੰਡਨ ਕੀਤਾ ਕਿ ਜਿਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ, ਜਿਹਨਾਂ ਰੀਤੀ ਰਿਵਾਜਾਂ ਦੀ ਜ਼ਰੂਰਤ ਨਹੀਂ ਹੈ ਜਾਂ ਕੋਈ ਮਤਲਬ ਨਹੀਂ ਬਣਦਾ ਉਹਨਾਂ ਨੂੰ ਤੁਸੀਂ ਨਾ ਅਪਣਾਓ। ਉਸ ਤੋਂ ਬਾਅਦ ਗੁਰੂ ਅੰਗਦ ਅਮਰਦਾਸ ਜੀ ਜੋ ਹਨ ਉਹਨਾਂ ਨੇ ਬਹੁਤ ਸਾਰੇ ਸੁਧਾਰ ਇਸਤਰੀਆਂ ਦੇ ਵਿੱਚ ਕੀਤੇ ਸਨ, ਜਿਸ ਤਰ੍ਹਾਂ ਉਹਨਾਂ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ। ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਸਤੀ ਪ੍ਰਥਾ ਦਾ ਵਿਰੋਧ ਕਰਨਾ। ਠੀਕ ਹੈ, ਉਸ ਤੋਂ ਇਲਾਵਾ ਉਹਨਾਂ ਨੇ ਪਰਦਾ ਸਿਸਟਮ ਜਿਹੜਾ ਹੈਗਾ ਆ ਉਹਦਾ ਵੀ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਪਰਦਾ ਜਿਹੜਾ ਹੈਗਾ ਆ ਉਹ ਔਰਤ ਦੇ ਸਰੀਰਕ ਤੇ ਮਾਨਸਿਕ ਵਿਕਾਸ ਦੇ ਵਿੱਚ ਬਾਧਾ ਪਾਉਂਦਾ ਹੈ। ਠੀਕ ਹੈ, ਇਸ ਕਰਕੇ ਪਰਦਾ ਭੂੰਦ ਜਿਹੜਾ ਹੈਗਾ ਆ ਉਹਨਾਂ ਨੇ ਸਿੱਖ ਧਰਮ ਵਿੱਚੋਂ ਖਤਮ ਕਰ ਦਿੱਤਾ। ਸਤੀ ਪ੍ਰਥਾ ਉਹਨਾਂ ਨੇ ਬੋਲਿਆ ਕਿ ਔਰਤਾਂ ਉਹ ਸਤੀਆਂ ਨਹੀਂ ਹੁੰਦੀਆਂ ਜਿਹੜੀਆਂ ਕਿ ਨਾਲ ਹੀ ਅੱਗ ਦੇ ਵਿੱਚ ਸਾੜ ਦਿੱਤੀਆਂ ਜਾਂਦੀਆਂ ਜਾਂ ਉਹਨਾਂ ਨੂੰ ਸਾੜਨ ਵਾਸਤੇ ਮਜਬੂਰ ਹੋਣਾ ਪੈਂਦਾ ਹੈ।
ਗੁਰੂ ਸਾਹਿਬ ਨੇ ਬੋਲਿਆ ਕਿ ਸਤੀਆਂ ਉਹ ਹੁੰਦੀਆਂ ਹਨ ਜੋ ਬਿਰਹਾ ਦੀ ਚੂੜ ਜਿਹੜੀਆਂ ਹਨ ਉਹ ਸਹਿੰਦੀਆਂ ਹਨ, ਮਤਲਬ ਜੋ ਜਿਹੜਾ ਵਿਛੋੜੇ ਦਾ ਦਰਦ ਸਹਿੰਦੀਆਂ ਹਨ ਉਹ ਸਤੀਆਂ ਹੁੰਦੀਆਂ ਹਨ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸਤੀ ਪ੍ਰਥਾ ਦਾ ਵੀ ਖੰਡਨ ਕੀਤਾ। ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਹੋਰ ਵੀ ਜਿੰਨੇ ਵੀ ਰੀਤੀ ਰਿਵਾਜ ਚੱਲ ਰਹੇ ਸੀ ਉਹਨਾਂ ਦਾ ਵੀ ਖੰਡਨ ਕੀਤਾ। ਉਹਨਾਂ ਨੇ ਬੋਲਿਆ ਕਿ ਜਦੋਂ ਵੀ ਜਨਮ ਜਾਂ ਮਰਨ ਦਾ ਕੋਈ ਵੀ ਮੌਕਾ ਹੋਵੇ ਤਾਂ ਉਸ ਸਮੇਂ ਸਿਰਫ ਗੁਰਬਾਣੀ ਦਾ ਪਾਠ ਕੀਤਾ ਜਾਵੇ, ਉਹ ਸਿਰਫ ਬਾਣੀ ਪੜ੍ਹੀ ਜਾਵੇ ਤੇ ਕਿਸੇ ਵੀ ਹੋਰ ਰੀਤੀ ਰਿਵਾਜ ਜਿਹੜਾ ਹੈਗਾ ਉਹਨੂੰ ਨਾ ਅਪਣਾ। ਅਗਲਾ ਹੈ ਜਾਤੀ ਭੇਦ ਭਾਵ ਤੇ ਛੂਛਾਤ ਦਾ ਵਿਰੋਧ। ਹੁਣ ਅਗਲਾ ਕੰਮ ਕੀ ਕਰਦੇ, ਜਾਤੀ ਭੇਦ ਭਾਵ ਕਹਿੰਦੇ ਕਿ ਖਤਮ ਕਰ ਦੋ, ਠੀਕ ਹੈ। ਛੂਛਾਤ ਜਿਹੜਾ ਹੈਗਾ ਆ ਉਹਦਾ ਵਿਰੋਧ ਉਹਨਾਂ ਨੇ ਕੀਤਾ। ਉਹਨਾਂ ਨੇ ਬੋਲਿਆ ਕਿ ਜਿਹੜਾ ਜਾਤ ਦਾ ਅਭਿਮਾਨ ਹੈਗਾ ਆ ਇਹ ਮੂਰਖ ਲੋਕ ਕਰਦੇ ਹਨ, ਗਵਾਰ ਲੋਕ ਕਰਦੇ ਹਨ। ਜਾਤ ਦਾ ਅਭਿਮਾਨ ਜਿਹੜਾ ਹੈ ਉਹ ਇੱਕ ਪੜ੍ਹਿਆ ਲਿਖਿਆ ਇੱਕ ਸੱਭਿਆ ਜਾਤ ਦਾ ਮਨੁੱਖ ਜਿਹੜਾ ਉਹ ਨਹੀਂ ਕਰ ਸਕਦਾ, ਠੀਕ ਹੈ। ਇਸ ਕਰਕੇ ਉਹਨਾਂ ਨੇ ਕੀ ਕਿਹਾ ਕਿ ਸਭ ਤੋਂ ਪਹਿਲਾਂ ਆਪਣਾ ਜਾਤ ਦਾ ਅਭਿਮਾਨ ਛੱਡ ਕੇ ਇੱਕੋ ਕੰਬਲ ਵਿੱਚ ਬੈਠ ਕੇ ਸੁਣ ਕਰ ਸਕਦਾ। ਸਤੀ ਪ੍ਰਥਾ ਦੱਸ ਚੁੱਕੀ ਹੈ ਕਿ ਸਤੀ ਪ੍ਰਥਾ ਜਿਹੜੀ ਹੈਗੀ ਹੈ ਕਿਉਂਕਿ ਹਿੰਦੂ ਧਰਮ ਦੇ ਵਿੱਚ ਇਹ ਜਿਹੜੀ ਰੀਤ ਸੀਗੀ ਬਹੁਤ ਜ਼ਿਆਦਾ ਪ੍ਰਚਲਿਤ ਸੀਗੀ ਤਾਂ ਗੁਰੂ ਸਾਹਿਬ ਨੇ ਇਸ ਨੂੰ ਤੋਂ ਵੀ ਖੰਡਨ ਕੀਤਾ, ਇਸ ਦਾ ਵੀ ਉਹਨਾਂ ਨੇ ਵਿਰੋਧ ਕੀਤਾ ਸੀ ਤੇ ਇੱਕ ਸ਼ਬਦ ਉਚਾਰਨ ਕੀਤਾ ਸੀ ਉਹਨਾਂ ਨੇ, ਸਤੀਆਂ ਸੇਈ ਆਖੀਐ ਜੋ ਬਿਰਹਾ ਚੂੜ ਮਰ, ਕਿ ਜੋ ਆਪਣੇ ਪਤੀ ਦੀ ਮੌਤ ਤੋਂ ਬਾਅਦ ਬਿਰਹਾ ਦੀ ਚੋਟ ਸਹਿੰਦੀਆਂ ਹਨ ਉਹ ਅਸਲ ਵਿੱਚ ਸਤੀਆਂ ਹਨ, ਠੀਕ ਹੈ। ਇਸੇ ਪਰਦਾ ਪ੍ਰਥਾ ਦੀ ਬਣਾਈ, ਠੀਕ ਹੈ, ਮਤਲਬ ਬੁਰਕਾ ਨਹੀਂ ਪਾਉਣਾ, ਘੁੰਡ ਨਹੀਂ ਕੱਢਣਾ ਹੈਗਾ, ਘਰ ਦੀ ਚਾਰ ਦੀਵਾਰੀ ਅੰਦਰ ਬੰਦ ਕਰਕੇ ਨਹੀਂ ਰੱਖਣਾ ਔਰਤਾਂ ਨੂੰ, ਠੀਕ ਹੈ। ਉਹਨਾਂ ਦਾ ਸਮਾਜਿਕ ਸਰੀਰਕ ਤੇ ਮਾਨਸਿਕ ਜਿਹੜਾ ਵਿਕਾਸ ਹੈਗਾ ਆ ਉਹਨਾਂ ਦਾ ਪੂਰੇ ਤਰੀਕੇ ਨਾਲ ਕੀਤਾ ਜਾਵੇ। ਫਿਰ ਉਹਨਾਂ ਨੇ ਇਹ ਵੀ ਹੁਕਮ ਦਿੱਤਾ ਕਿ ਇਸਤਰੀਆਂ ਜਿਹੜੀਆਂ ਹਨ ਉਹ ਲੰਗਰ ਦੀ ਸੇਵਾ ਵੀ ਕਰਨਗੀਆਂ ਤੇ ਪ੍ਰਸੰਗਤ ਵਿੱਚ ਬੈਠ ਕੇ ਨਾਮ ਸਿਮਰਨ ਵੀ ਕਰਨਗੀਆਂ ਅਤੇ ਬਿਨਾਂ ਕਿਸੇ ਘੁੰਡ ਦੇ ਬਿਨਾਂ ਕਿਸੇ ਬੁਰਕੇ ਦੇ ਪੂਰੇ ਸਾਰੇ ਕਾਰਜ ਕਰਨਗੇ ਤਾਂ ਕਿ ਉਹਨਾਂ ਦਾ ਵੀ ਪ੍ਰੋਪਰ ਜਿਹੜਾ ਵਿਕਾਸ ਹੈ ਉਹ ਹੋ ਸਕੇ। ਨਸ਼ਿਆਂ ਦੀ ਬਹੁਤ ਜ਼ਿਆਦਾ ਇਹਨਾਂ ਨੇ ਨਿਖੇਧੀ ਕੀਤੀ, ਇਹਨਾਂ ਨੇ ਬੋਲਿਆ ਕਿ ਸ਼ਰਾਬ ਅਤੇ ਹੋਰ ਜਿੰਨੀਆਂ ਵੀ ਨਸ਼ੀਲੀਆਂ ਚੀਜ਼ਾਂ ਦੀ ਵਰਤੋਂ ਉਸ ਸਮੇਂ ਤੇ ਮੈਡੀਵਲ ਟਾਈਮ ਪੀਰੀਅਡ ਤੇ ਮੱਧਕਾਲੀਨ ਭਾਰਤ ਵਿੱਚ ਜਿਹੜੀ ਬਹੁਤ ਜ਼ਿਆਦਾ ਚੱਲ ਰਹੀ ਸੀ ਉਹਦੇ ਉੱਤੇ ਉਹਨਾਂ ਨੇ ਬਹੁਤ ਜ਼ਿਆਦਾ ਖੰਡਨ ਕੀਤਾ, ਬਹੁਤ ਜ਼ਿਆਦਾ ਉਹਦੇ ਖਿਲਾਫ਼ ਉਹਨਾਂ ਨੇ ਆਵਾਜ਼ ਉਠਾਈ ਤੇ ਬੋਲਿਆ ਕਿ ਸਿੱਖ ਜਿਹੜੇ ਹਨ ਉਹਨਾਂ ਨੂੰ ਐਸੀਆਂ ਬੁਰਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਹੁਕਮ ਦਿੱਤਾ ਕਿ ਇਹਨਾਂ ਬੁਰਾਈਆਂ ਤੋਂ ਦੂਰ ਰਹਿਣ ਵਾਲਾ ਹੀ ਸਿੱਖ ਹੋਵੇ। ਨੈਕਸਟ, ਨਵੇਂ ਤੀਰਥ ਸਥਾਨਾਂ ਦੀ ਜਿਹੜੀ ਹੈਗੀ ਉਹਨਾਂ ਨੇ ਸਥਾਪਨਾ ਕੀਤੀ। ਜਿਸ ਤਰ੍ਹਾਂ ਸਭ ਤੋਂ ਪਹਿਲਾਂ ਤਾਂ ਗੋਇੰਦਵਾਲ ਸਾਹਿਬ ਜਿਹੜਾ ਗੁਰੂ ਅੰਗਦ ਦੇਵ ਜੀ ਦੁਆਰਾ ਉੱਥੇ ਬੋਲੀ ਸ਼ੁਰੂ ਕਰਵਾਈ ਗਈ ਸੀ ਉਹਦਾ ਇਹਨਾਂ ਨੇ ਨਿਰਮਾਣ ਕਰਕੇ ਇੱਕ ਨਵਾਂ ਤੀਰਥ ਸਥਾਨ ਦਿੱਤਾ, ਠੀਕ ਹੈ। ਹੁਣ ਇਹਨਾਂ ਨੇ ਤੇ ਇੱਕ ਨਵਾਂ ਤੀਰਥ ਸਥਾਨ ਦਿੱਤਾ ਲੇਕਿਨ ਇਹਦੇ ਨਾਲ ਹੀ ਇਹਨਾਂ ਨੇ ਸਿੱਖਾਂ ਨੂੰ ਸਮੂਹਿਕ ਮਿਹਨਤ ਜਿਹੜਾ ਹੈਗਾ ਉਹ ਕਰਨ ਲਈ ਉਕਸਾਇਆ। ਪੂਜਾ, ਇਹਨਾਂ ਨੇ ਬੋਲਿਆ ਕਿ ਕਿਸੇ ਪੁਜਾਰੀ ਦੀ ਲੋੜ ਨਹੀਂ, ਸਿਰਫ ਆਪਣੇ ਆਪ ਹੀ ਤੁਸੀਂ ਬਾਣੀ ਪੜ੍ਹ ਕੇ ਅਰਦਾਸ ਕਰੋ ਤਾਂ ਤੁਸੀਂ ਸਭ ਕੁਛ ਜਿਹੜਾ ਹੈਗਾ ਆ ਖੁਦ ਹੀ ਪਰਮਾਤਮਾ ਦੇ ਨਾਲ ਅਰਦਾਸ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ, ਅਰਦਾਸ ਦੇ ਅੰਦਰ ਆਪ ਹੀ ਤੁਸੀਂ ਪਰਮਾਤਮਾ ਅੱਗੇ ਬੇਨਤੀ ਕਰ ਸਕਦੇ ਹੋ। ਤੁਹਾਨੂੰ ਕਿਸੇ ਪੁਜਾਰੀ ਦੀ ਲੋੜ ਨਹੀਂ, ਕਿਸੇ ਮੂਰਤੀ ਪੂਜਾ ਦੀ ਜ਼ਰੂਰਤ ਨਹੀਂ। 84 ਪੌੜੀਆਂ ਜਿਹੜੀਆਂ ਹਨ ਉਹ ਤੁਹਾਡੀਆਂ 84 ਲੱਖ ਜੁਰਮਾਂ ਤੋਂ ਤੁਹਾਨੂੰ ਛੁਟਕਾਰਾ ਦੇ ਸਕਦੇ ਹਾਂ। ਨਵੇਂ ਤੀਰਥ ਸਥਾਨ ਦਿੱਤੇ, ਠੀਕ ਹੈ। ਇਸ ਕਰਕੇ ਗੁਰੂ ਸਾਹਿਬ ਨੇ ਇੱਕ ਤਰ੍ਹਾਂ ਨਾਲ ਸਿੱਖ ਧਰਮ ਦੀ ਜਿਹੜੀ ਨੀਂਹ ਹੈਗੀ ਹੈ ਉਹ ਮਜ਼ਬੂਤ ਕੀਤੀ ਸੀ। ਉਸ ਤੋਂ ਇਲਾਵਾ ਗੁਰੂ ਸਾਹਿਬ ਨੇ ਤਿਉਹਾਰ ਮਨਾਉਣ ਦੇ ਵੀ ਬਹੁਤ ਸਾਰੇ ਜਿਹੜੇ ਢੰਗ ਹੈਗੇ ਨੇ ਉਹ ਦਿੱਤੇ ਸੀਗੇ ਸਿੱਖਾਂ ਨੂੰ। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸਿੱਖ ਜਿਹੜੇ ਹਨ ਉਹਨਾਂ ਨੂੰ ਵਿਸਾਖੀ, ਮਾਘੀ ਤੇ ਦੀਵਾਲੀ ਤਿਉਹਾਰ ਜਿਹੜੇ ਨੇ ਉਹ ਮਨਾਉਣੇ ਚਾਹੀਦੇ ਨੇ ਤੇ ਕਿਸ ਤਰ੍ਹਾਂ ਮਨਾਉਣੇ ਚਾਹੀਦੇ ਹਨ। ਇਹਨਾਂ ਤਿਉਹਾਰਾਂ ਦੇ ਮੌਕਿਆਂ ਦੇ ਉੱਤੇ ਸਿੱਖਾਂ ਨੂੰ ਵੱਖ ਵੱਖ ਤੀਰਥ ਸਥਾਨ ਜਿਹੜੇ ਹਨ ਉੱਥੇ ਜਾਣਾ ਚਾਹੀਦਾ ਹੈ, ਇਸ਼ਨਾਨ ਕਰਨਾ ਚਾਹੀਦਾ ਹੈ ਤੇ ਗੁਰੂ ਦੀ ਬਾਣੀ ਸੁਣ ਕੇ ਜਿਹੜੇ ਤਿਉਹਾਰ ਨੇ ਇਹ ਮਨਾਏ ਜਾਣੇ ਚਾਹੀਦੇ ਹਨ। ਇਸ ਤਰ੍ਹਾਂ ਉਹਨਾਂ ਨੇ ਤਿਉਹਾਰ ਮਨਾਉਣ ਦਾ ਇੱਕ ਨਵਾਂ ਜਿਹੜਾ ਢੰਗ ਕੀਤਾ ਹੈ ਸਿੱਖਾਂ ਦੇ ਵਿੱਚ ਸ਼ੁਰੂ ਕੀਤਾ। ਜਨਮ, ਵਿਆਹ ਤੇ ਮੌਤ ਸੰਬੰਧੀ ਉਹਨਾਂ ਨੇ ਬਹੁਤ ਸਾਰੇ ਸੁਧਾਰ ਕੀਤੇ, ਠੀਕ ਹੈ। ਇੱਕ ਤੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਆਨੰਦ ਨਾਮ ਦੀ ਇੱਕ ਬਾਣੀ ਦੀ ਰਚਨਾ ਕੀਤੀ ਤੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਚਾਹੇ ਜਨਮ ਹੋਵੇ, ਵਿਆਹ ਹੋਵੇ, ਖੁਸ਼ੀ ਦਾ ਮੌਕਾ ਹੋਵੇ ਜਾਂ ਫਿਰ ਕੋਈ ਮਰਨ ਵੀ ਹੋਵੇ ਤਾਂ ਉਸ ਜਗ੍ਹਾ ਤੇ ਵੀ ਤੁਸੀਂ ਆਨੰਦ ਸਾਹਿਬ ਦੀ ਜਿਹੜੀ ਬਾਣੀ ਹੈ ਉਸਦਾ ਪਾਠ ਕਰਨਾ ਹੈ ਤੇ ਵਿਕਾਰ ਦੇ ਜਿਹੜੇ ਰੀਤੀ ਰਿਵਾਜ਼ ਹਨ ਉਹਨਾਂ ਨੂੰ ਤੁਸੀਂ ਖਤਮ ਕਰਨਾ ਹੈ, ਉਹਨਾਂ ਤੋਂ ਤੁਸੀਂ
छुटकारा पाना। ठीक है, इस तरह गुंजा रीति रिवाजा नूं खत्म करके उन्होंने एक तरह नाल सिख धर्म दे विच काफी सारे जिहड़े सुधार सी। अगला सम्राट अकबर दा गोइंदवाल साहिब विच आउणा। ठीक है, अगे भी जिक्र करके आए थे कि चित्तौड़ की जीत होंगी है 1567 जिसे अकबर है वह जीत जाता है। जीत के उस तो बाद हरिपुर के राजे के नाल गोइंदवाल पहुंचता है ते गुरु साहिब नूं मिलने की इच्छा प्रगट करता है, जिसे गुरु साहिब उन्हें पंगत में बैठ के खुलका छकन वास्ते बोलते हैं। ठीक है, उस तो बाद बहुत प्रभावित होंगे है गुरु साहब की शख्सियत के नाते गुरु साहब जी बोलते हैं कि उस साल जो किसानों का कर है वह माफ कर दिया जाए क्योंकि उस साल फसल चंगी नहीं होंगी, तो जोड़ा बादशाह है उन्होंने कहने उत्ते किसानों का भूमिका माफ कर दिता है, जिस न गुरु साहब की जी शोभा है बहुत ज्यादा बढ़ती। ठीक है, उस तो इलावा गुरु साहब की बेटी बीबी भानी जी को जमीन भी दान दी गई थी, वो आप पिछले डिस्कस करके आ चुके हैं। ठीक है, जमीन भी दान की गई थी प्लस भूमिकर जरा किसानों का वह भी माफ किया। उत्तराधिकार नियुक्ति 95 ईयर की एज तक गुरु साहब सिखा की रहनुमाई करते रहते हैं। उस तो बाद 1574 जो ज्योति जोत समाउन तो पहला जो अपना उत्तराधिकारी है वह अपने दोहां पुत्र उन्होंने दो पुत्र सन मोहन ते मोहरी जी। ठीक है, तो दो ही उन्होंने बेटिया सन, बेटिया का नाम से बीबी भानी जी ते बीबी दानी जी। ठीक है, ते गुरु साहिब की करते हैं अपने दोने बच्चे मोहन ते मोहरी जी छड के जेड़ा उन्होंने जवाई होंगे भाई जेठा जी ते बीबी भानी जी के पति भाई जेठा जी जिन्होंने बाद में असीं गुरु रामदास जी के नाम नाल जानते हाँ गुरु गद्दी के योग समय उन्होंने अपना उत्तराधिकारी नियुक्त कर देते हैं। तो बाद में वह गुरु रामदास जी बन के सिखां दी अगली रहनुमाई जो हम कर। ठीक है, इस दे नाल ही साडा जिहड़ा अज दा टॉपिक हैगा आ ये खत्म हुंदा हैगा आ। ठीक है, तो गुरु अमरदास जी बारे जिन्ने भी मेन पॉइंट्स हैगे आ आपां कर चुके हैगे। गुरु अमरदास जी बारे जिहड़े मेन जिहड़े तुहानूं क्वेश्चन पंजाब जी के विच आ रहे ने उहनां दी बाणी बारे आ सकदे हैगे कि किन्ने शब्दां दी जिहड़ी रचना हैगी गुरु साहिब ने कीती सी 907 शब्दां दी। फिर उस तों इलावा अगला जिहड़ा क्वेश्चन आ सकदा हैगा आ कि गुरु साहिब दे केड़ी इंपोर्टेंट बाणी की रचना की सी, वो आएगा तो आनंद साहिब बाणी की रचना की सी। ठीक है, तो इस जगह पर गा सकते हो, इसको जन्म तो लैके मरण तक हर प्रोग्राम के उत्ते जो आनंद साहब का पाठ है वो कर सकते हैं। ठीक है, उस तो इलावा समाज सुधारक बहुत वधिया सीगे, क्वेश्चन आता है कि केड़े गुरु साहिबान जिहड़े सी उन्होंने सती प्रथा ते पर्दा प्रथा के खिलाफ आवाज उठाई सी, ते वो तुहाडे आउंगे गुरु अमरदास। ठीक है, हाँ जी, अगर औरतों की स्थिति सुधारण की गल की जाए तो उसदे विच गुरु नानक देव जी आउंगे जिन्होंने बोलिया सी सो क्यों मंदाखे जित जमे राजा, लेकिन जे सती प्रथा ते पर्दा की गल कर रहे हो स्पैशली तो फिर गुरु अमरदास जी। ठीक है, उस तो बाद उन्होंने बच्चों के नाम, फिर उन्होंने किन्ने साल उन्होंने गद्दी लई सी, किन्ने साल उन्होंने जोड़ा है ज्योति जोत समा लेते हैं। फिर उसके अलावा मंजी प्रथा बारे क्वेश्चन जोड़े है वो आ सकते हैं। ठीक है, बौली साहब बारे क्वेश्चन आ सकते हैं, बौली साहब कितने करवाई गई, गोइंदवाल साहब किनिया पौड़िया। ठीक है, इस तरह के जो क्वेश्चन उन्होंने गुरु अमरदास जी के नाम संबंधित सब जो है जी के आ सकते। ठीक है, इस तरह चैनल जुड़े रहो, कल आप अगले गुरु साहब आ जाए उन्होंने बारे की डिटेल इनफॉरमेशन। थैंक यू।